ਸਤਿ ਸ਼੍ਰੀ ਅਕਾਲ ਔਰ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਮੇਰੇ ਸੋਲ ਬਲੌਗ ਦੇ ਵਿੱਚ। ਅੱਜ ਮੈਂ ਜਿਹੜੀ ਗੱਲ ਕਰ ਰਹੀ ਹਾਂ ਉਹ ਬੜੀ ਇੰਪੋਰਟੈਂਟ ਗੱਲ ਹੈ, ਮੇਰੀ ਜ਼ਿੰਦਗੀ ਦੇ ਨਾਲ ਰਿਲੇਟਿਡ ਹੈ ਔਰ ਮੈਨੂੰ ਬੜੀ ਦੇਰ ਤੋਂ ਲੱਗ ਰਿਹਾ ਸੀ ਕਿ ਇਸ ਵਿਸ਼ੇ ਦੇ ਉੱਤੇ ਮੈਨੂੰ ਜ਼ਰੂਰ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਉਹਨਾਂ ਘਰਾਂ ਦੇ ਬੱਚੇ ਹਾਂ ਜਿੱਥੇ ਕਿਹਾ ਜਾਂਦਾ ਕਿ ਹਮੇਸ਼ਾ ਚੁੱਪ ਰਹੋ, ਆਪਣੀਆਂ ਇਮੋਸ਼ਨਸ ਨਾ ਸ਼ੋਅ ਕਰੋ, ਇਸ ਕਰਕੇ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ, ਤੁਹਾਡਾ ਦਿਲ ਨਹੀਂ ਵੀ ਕਰਦਾ ਤਾਂ ਵੀ ਤੁਹਾਡੇ ਪੇਰੈਂਟਸ ਕਹਿੰਦੇ ਨੇ ਕਿ ਉੱਥੇ ਜਾਣਾ ਹੈ, ਤੁਸੀਂ ਉਹਨਾਂ ਨੂੰ ਨਾ ਹੀ ਨਹੀਂ ਕਰਦੇ, ਤੁਹਾਨੂੰ ਅਗਰ ਕਿਹਾ ਜਾਂਦਾ ਕਿ ਵੇਲੇ ਸਬਜੈਕਟਸ ਲਵੋ ਤੁਸੀਂ ਉਹਨਾਂ ਨੂੰ ਕਨਵਿੰਸ ਹੀ ਨਹੀਂ ਕਰ ਪਾਉਂਦੇ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਉਹ ਹਰਟ ਹੋ ਜਾਣਗੇ। ਬਟ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਕਿ ਮਾਂ ਪਿਓ, ਭੈਣ ਭਰਾ ਜਾਂ ਤੁਹਾਡੇ ਆਲੇ ਦੁਆਲੇ ਦੇ ਲੋਕ, ਕਈ ਵਾਰੀ ਤੁਹਾਡੇ ਬਹੁਤ ਸਾਰੇ ਆਲੇ ਦੁਆਲੇ 'ਚ ਬੱਚੇ ਹੋਣਗੇ, ਜ਼ਰੂਰੀ ਨਹੀਂ ਕਿ ਤੁਹਾਡੇ ਬੱਚੇ ਨੇ, ਤੁਹਾਡੇ ਨੀਜ਼ ਨੈਫਿਊਜ਼ ਜਾਂ ਫਿਰ ਆਲੇ ਦੁਆਲੇ ਨੇਬਰਹੁੱਡ 'ਚ ਬਹੁਤ ਸਾਰੇ ਬੱਚੇ ਹੋਣਗੇ। ਤੁਹਾਨੂੰ ਪਤਾ ਕਿ ਬੱਚਿਆਂ ਦੇ ਜ਼ਿਹਨ ਦੇ ਉੱਤੇ ਕੀਤੀ ਹੋਈ ਗੱਲ ਜਿਹੜੀ ਹੈ ਬਹੁਤ ਜਲਦੀ ਇੰਪ੍ਰਿੰਟ ਹੁੰਦੀ ਹੈ। ਮੈਂ ਬਹੁਤ ਸਾਰੇ ਬੱਚੇ ਵੇਖੇ ਨੇ, ਬਹੁਤ ਸਾਰੇ ਐਡਲਟਸ ਦੇਖੇ ਨੇ, ਵੱਡੇ ਦੇਖੇ ਨੇ, ਜਿਹੜੇ ਭੀੜ ਦੇ ਵਿੱਚ ਬੜਾ ਡਰ ਜਾਂਦੇ ਨੇ, ਜਿਨ੍ਹਾਂ ਨੂੰ ਮੈਂ ਵੇਖਿਆ ਕਿ ਅਗਰ ਉਹਨਾਂ ਨੂੰ ਮਾਈਕ ਦਿੱਤਾ ਜਾਏ ਉਹ ਬੜੇ ਸਕਸੈਸਫੁਲ ਬਿਜ਼ਨਸਮੈਨ ਹੁੰਦੇ ਨੇ, ਪਰ ਇੱਕ ਸ਼ਬਦ ਵੀ ਨਹੀਂ ਕਹਿ ਸਕਦੇ। ਅਗਰ ਇੱਕ ਬੱਚਾ ਸਬਜੈਕਟ 'ਚੋਂ ਘੱਟ ਨੰਬਰ ਲੈ ਕੇ ਆਉਂਦਾ ਤਾਂ ਇੰਸਟੈਡ ਆਫ ਐਪਰੀਸ਼ੀਏਟਿੰਗ ਹਿਮ ਕਿ ਨਹੀਂ ਨੈਕਸਟ ਟਾਈਮ ਯੂ ਵਿਲ ਡੂ ਇਟ, ਤੇਰੇ ਅੰਦਰ ਉਹ ਮਾਦਾ ਹੈ ਕਿ ਤੂੰ ਆਪਣੇ ਆਪ ਨੂੰ ਜ਼ਿੰਦਗੀ 'ਚ ਪ੍ਰੂਵ ਕਰੇਗਾ, ਨੈਕਸਟ ਟਾਈਮ ਯੂ ਵਿਲ ਬੀ ਦ ਬੈਸਟ, ਤੁਹਾਡਾ ਕੌਨਫੀਡੈਂਸ ਬਿਲਟ ਨਹੀਂ ਹੁੰਦਾ। ਸੋ ਪਲੀਜ਼ ਬੀ ਕਾਇੰਡ ਵਿਦ ਦ ਕਿਡਸ, ਬੱਚਿਆਂ ਨਾਲ ਗੱਲ ਕਰਦਿਆਂ ਹੋਏ ਆਪਣੇ ਸ਼ਬਦਾਂ ਦਾ ਚੁਣਾਵ ਬਿਲਕੁਲ ਸਹੀ ਰੱਖੋ। ਤੁਹਾਡੇ ਕਹੇ ਹੋਏ ਇਹ ਛੋਟੇ ਛੋਟੇ ਸ਼ਬਦ ਜੋ ਤੁਸੀਂ ਅਣਜਾਣੇ 'ਚ, ਆਈ ਐਮ ਸ਼ਿਓਰ ਕਿ 100% ਅਸੀਂ ਅਣਜਾਣੇ 'ਚ ਕਹਿੰਦੇ ਹਾਂ, ਉਹ ਬੱਚਿਆਂ ਦੀ ਗਰੋਥ ਅਤੇ ਜ਼ਿੰਦਗੀ ਖਰਾਬ ਕਰ ਸਕਦੇ ਨੇ। ਬੱਚੇ ਬਚਪਨ 'ਚ ਨੀਂਵ ਰੱਖਣ ਦੇ ਨਾਲ ਮਜ਼ਬੂਤ ਹੁੰਦੇ ਨੇ। ਸੋ ਬਹੁਤ ਜ਼ਰੂਰੀ ਹੈ ਕਿ ਆਪਣੇ ਸ਼ਬਦਾਂ ਦੇ ਚੁਣਾਵ ਦੇ ਵਿੱਚ ਬੋਲਦਿਆਂ ਹੋਇਆਂ ਔਰ ਬੱਚਿਆਂ ਦੀ ਕੇਅਰ ਕਰਦਿਆਂ ਹੋਇਆਂ ਇਹ ਵੇਖੋ ਕਿ ਅਣਜਾਣੇ 'ਚ ਵੀ ਉਹਨਾਂ ਦੇ ਦਿਲ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਾ ਬੈਠ ਜਾਵੇ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਚੱਲ ਕੇ ਉਹਨਾਂ ਨੂੰ ਹਮੇਸ਼ਾ ਹੀ ਇਹੋ ਜਿਹਾ ਡਰ ਬਿਠਾ ਦੇਵੇ ਕਿ ਉਹ ਜ਼ਿੰਦਗੀ ਦੇ ਵਿੱਚ ਕਿਧਰੇ ਵੀ ਕਿਸੇ ਵੀ ਥਾਂ 'ਤੇ ਕਾਮਯਾਬ ਨਾ ਹੋ ਸਕਣ। ਮੋਰਲ ਵੈਲਿਊਜ਼, ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਇਸਤੇਮਾਲ ਕੀਤੇ ਹੋਏ ਛੋਟੇ ਛੋਟੇ ਸ਼ਬਦ ਉਹਨਾਂ ਦੀ ਅਪਲਿਫਟਮੈਂਟ, ਉਹਨਾਂ ਦੀ ਜ਼ਿੰਦਗੀ ਸਵਾਰ ਸਕਦੀ ਹੈ, ਐਂਡ ਦੈਟ ਇਜ਼ ਦ ਬਿਗੈਸਟ ਇਨਵੈਸਟਮੈਂਟ। ਹਰ ਜਗ੍ਹਾ 'ਤੇ ਫਸਟ ਆਉਣਾ ਜ਼ਰੂਰੀ ਨਹੀਂ ਹੈ, ਹਰ ਜਗ੍ਹਾ ਦੇ ਉੱਤੇ ਟੌਪ ਰਹਿਣਾ ਜ਼ਰੂਰੀ ਨਹੀਂ ਹੈ, ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਦੇ ਨਾਲ ਜੀਣਾ। ਆਪਣੇ ਬੱਚਿਆਂ ਨੂੰ ਜਦੋਂ ਇਹ ਸਿਖਾਓਗੇ ਤਾਂ ਉਹਨਾਂ ਲਈ ਜ਼ਿੰਦਗੀ ਬਹੁਤ ਸੌਖੀ ਅਤੇ ਖੂਬਸੂਰਤ ਹੋ ਜਾਏਗੀ। ਸੈਲੀਬ੍ਰੇਟ ਲਾਈਫ।